ਗੱਲ ਕਰਿਆ ਸਾਹਿਬ ਬੜੇ ਪਰੇਸ਼ਾਨ ਲੱਗ ਰਹੇ ਹੋ ਸੁਖਦੇਵ ਜੀ ਆਪਣੇ ਡੰਗਰਾਂ ਨੂੰ ਪਰੇਸ਼ਾਨ ਆ ਦਿਨੋ ਦਿਨ ਦੁੱਧ ਘਟੀ ਜਾਂਦਾ ਉਹ ਗਰੇਵਾਲ ਸਾਹਿਬ ਤੁਸੀਂ ਆਪਣੇ ਡੰਗਰਾਂ ਅਤੁਲ ਫੀਡ ਪਾਉਣੀ ਸ਼ੁਰੂ ਕਰੋ ਉਸਤਾਦ ਜੀ ਗੱਲ ਬਿਲਕੁਲ ਠੀਕ ਆ ਗਰੇਵਾਲ ਸਾਹਿਬ ਅਤੁਲ ਫੀਡ ਦੇ ਵਿੱਚ ਜ਼ਰੂਰੀ ਪੌਸ਼ਟਿਕ ਤੱਤਵਾਂ ਤੋਂ ਇਲਾਵਾ ਮਿਨਰਲਸ ਬਫਰ ਰੋਮੈਂਸਿੰਗ ਅਤੇ ਟੌਕਸਿਨ ਨੂੰ ਰੋਕਣ ਲਈ ਟੈਕਸੀਵਾਈਡ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਓਏ ਇਸੇ ਕਰਕੇ ਤਾਂ ਅਤੁਲ ਫੀਡ ਸਾਰਿਆਂ ਨਾਲੋਂ ਵੱਖਰੀ ਹੈ ਨਾਲੇ ਅਤੁਲ ਫੀਡ ਪਾਉਣ ਨਾਲ ਤੁਹਾਡੇ ਦੁਧਾਰੂ ਪਸ਼ੂਆਂ ਦੇ ਦੁੱਧ ਅਤੇ ਗ੍ਰੈਵਿਟੀ ਵਿੱਚ ਵੀ ਵਾਧਾ ਹੋਊਗਾ ਕਿਉਂ ਚੱਕਦੇ ਨਾ ਵੱਟੇ ਮਿੱਤਰਾ ਇਹ ਫੀਡ ਪੀਓਯੂ ਦੇ ਮਾਹਰ ਡਾਕਟਰਾਂ ਦੀ ਸਲਾਹ ਨਾਲ ਬਣਾਈ ਜਾਂਦੀ ਹੈ ਉਹਦਾ ਕਮਾਲ ਕਰੀ ਪਈ ਹੈ ਅਤੁਲ ਫੀਡ ਅਤੁਲ ਫੀਡ ਅਤੁਲ